हर विष विसरत, हर विसरत होवत ए हाल। हर विसरत, हर विसरत होवत ए हाल। हर विसरत होवत ए हाल। शरण नानक, शरण नानक प्रभु पुरख दया। शरण नानक प्रभु पुरख दया। हर विसरत होवत ए हाल। हर विसरत होवत तरौदसी तीन ताप संसार, तरौदसी तीन ताप संसार। आवत जात, आवत जात नरक अवतार। आवत जात नरक अवतार। हर हर भजन, हर हर भजन मन माहे ना।
ਹਰ ਹਰ ਭਜਨ ਨਮਨ ਸੁਖ ਸਾਗਰ ਸੁਖ ਸਾਗਰ ਪ੍ਰਭ ਨਿਮਖ ਨਗਾ ਸੁਖ ਸਾਗਰ ਪ੍ਰਭ ਨਿਮਖ ਨਗਾ ਹਰ ਬਿਸਰਤ ਹਰ ਬਿਸਰਤ ਹੋਵਤ ਹਰ ਬਿਸਰਤ ਹੋਵਤ ਹਰ ਬਿਸਰਤ ਹੋਵਤ ਹਰ ਇੱਕ ਸੋਗ ਕਾ ਹਰ ਇੱਕ ਸੋਗ ਕਾ ਦੇਹ ਘਰ ਬੰਧਿਆ ਹਰ ਇੱਕ ਸੋਗ ਕਾ ਦੇਹ ਘਰ ਬੰਧਿਆ ਦੀਰਘ ਰੋਗ ਮਾਇਆ ਅਸਾਧਿਆ ਦੀਰਘ ਰੋਗ ਮਾਇਆ ਅਸਾਧਿਆ ਬਿਕਾਰ ਕਰਤ ਸ਼ਰਮ ਪਾ ਦਿਨੇ ਬਿਕਾਰ ਕਰਤ ਸ਼ਰਮ ਪਾ ਨੈਣੀ ਨੀਂਦ ਸੁਪਨ ਬਰੜਾ ਹਰ ਬਿਸਰਤ ਹੋਵਤ ਹਰ ਬਿਸਰਤ ਹੋਵਤ ਸਰਨ ਨਾ
ਬਿਸਰਦੇ ਹੋਵਤ ਏਹਾ ਹਰ ਬਿਸਰਦੇ ਹੋਵਤ ਏਹਾ ਹਰ ਬਿਸਰਦੇ ਹਰ ਬਿਸਰਤ ਹੋਵਤ ਹਾਲ ਹਾਲ ਹਰ ਬਿਸਰਤ ਸਦਾ ਖੁਆਰੀ ਹਰ ਬਿਸਰਤ ਸਦਾ ਖੁਆਰੀ ਜਾਂ ਕੋ ਬਿਸਰੇ ਪ੍ਰਾਣ ਪਤ ਦਾਤਾ ਹਰ ਬਿਸਰਤ ਹੋਵਤ ਏ ਹਾਲ ਜਾਂ ਕੋ ਬਿਸਰੇ ਪ੍ਰਾਣ ਪ੍ਰਭ ਦਾਤਾ ਸੋਈ ਗਣੋ ਅਭਾਗਾ ਸੋਈ ਗਣੋ ਅਭਾਗਾ ਇਹ ਹਾਲ ਤਰੋ ਦਿਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜਨ ਨਾਮਨ ਮੈਂ ਪਾਉ ਹਰ ਹਰ ਭਜਨ ਨਾਮਨ ਮੈਂ ਆਉ ਸੁਖ ਸਾਗਰ ਪ੍ਰਭ ਨਿਮਖ ਨਗਾਉ ਹਰ ਬਿਸਰਤ ਹੋਵਤ ਏ ਹਾਲ ਹਰ ਖ ਸੋਗ ਕਾ ਦੇਹ ਕਰ ਬਾਂਧਿਓ ਦੀਰਘ ਰੋਗ ਰੋਗ ਮਾਇਆ ਅਸਾਧ ਹੈ ਦਿਨੇ ਬੇਕਾਰ ਕਰ ਸ਼ਰਮ ਪਾਇਓ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਬਦਾਂ ਦੀ ਲੜੀ ਵਿੱਚੋਂ ਰਾਤ ਦਾ ਸ਼ਬਦ ਚੱਲ ਰਿਹਾ ਸੀ, ਮੈਂ ਉਸ ਨਾਲ ਲੜੀ ਜੋੜਨਾ ਚਾਹੁੰਦਾ ਸੀ। ਰਾਤ ਦਾ ਸ਼ਬਦ ਸੀ ਸਾਧੋ ਇਹ ਜੱਗ ਭਰਮ ਭੋਲਾ ਨਾ,
ਜੱਗ ਅੰਧੇਰੇ ਵਿੱਚ ਚਲਾ ਗਿਆ, ਭਰਮ ਵਿੱਚ ਚਲਾ ਗਿਆ, ਬੇਪਛਾਣ ਹੋ ਗਿਆ। ਕਿਉਂ? ਅੱਗੇ ਲਾਈਨ ਸੀ, ਰਾਮ ਨਾਮ ਕਾ ਸਿਮਰਨ ਛੱਡਿਆ ਮਾਇਆ ਹੱਥ ਵਿਕਾਨਾ। ਇਹ ਕੇਂਦਰੀ ਭਾਵ ਸੀ, ਜਿਸ ਤੋਂ ਮਕਸਦ ਸੀ ਕਿ ਮਨ, ਜਿਹੜਾ ਹੁਕਮ ਸੀ ਕਿ ਮਨ ਵੇਚੇ ਸਤਿਗੁਰੂ ਕੇ ਪਾਸ, ਉਹ ਮਨ ਮਾਇਆ ਦੇ ਹੱਥ ਵਿਕ ਗਿਆ। ਮਾਇਆ ਹੱਥ ਵਿਕਾਨਾ। ਅਤੇ ਮੈਂ ਅਖੀਰ 'ਤੇ ਪੁੱਜਾ ਅੱਜ ਦੀ ਲੜੀ ਨਾਲ ਜੋੜ ਕੇ। ਫਿਰ ਮਸਲਾ ਇਹ ਆ ਗਿਆ ਸੀ ਕਿ ਮਾਇਆ ਆਖਰ ਹੈ ਕੀ, ਜਿਹਦਾ ਬਹੁਤ ਜ਼ਿਕਰ ਹੈ। ਅਤੇ ਸਵਾਲ ਖੜ੍ਹਾ ਹੋਇਆ ਸੀ, ਮਾਇਆ ਕਿਸ ਨੂੰ ਆਖੀਏ? ਕਿਆ ਮਾਇਆ ਕਰਮ ਕਮਾਏ? ਅਤੇ ਜਵਾਬ ਵੀ ਇੱਕੋ ਲਾਈਨ ਵਿੱਚ ਸੀ, ਇਹ ਮਾਇਆ ਜਿੱਤ ਹਰ ਵਿਸਰੈ। ਲਓ ਆਹ ਪਰੇਸ਼ਾਨੀ। ਮਾਇਆ ਉਹ ਹੈ ਜਿਹਦੇ ਨਾਲ ਰੱਬ ਵਿਸਰ ਜਾਏ, ਹੋਰ ਨਹੀਂ ਤਾਂ ਪੁੱਤਰ ਧੀਆਂ ਮਾਤਾ ਪਿਤਾ ਦੌਲਤ ਮਹੱਲ ਮਾੜੀਆਂ ਇਹ ਮਾਇਆ ਨਹੀਂ। ਇਹਨਾਂ ਸਾਰਿਆਂ ਵਿੱਚੋਂ ਜਿੱਥੇ ਵੀ ਰੱਬ ਵਿਸਰ ਜਾਏ ਉਹ ਮਾਇਆ ਹੈ। ਅਤੇ ਫਿਰ ਅੱਗੇ ਸਵਾਲ ਸੀ, ਮਨ ਮਾਇਆ ਕੋਲ ਵਿਕ ਗਿਆ ਹੈ, ਮਨ ਸੀ ਰੱਬ ਦਾ ਘਰ ਭਗਵਾਨ ਦਾ ਘਰ, ਜੇ ਗੁਰੂ ਕੋਲ ਜਾਂਦਾ ਗੁਰੂ ਨੇ ਅਗਮ ਰੂਪ ਕਾ ਮਨ ਮੈਂ ਥਾਨਾ, ਰੱਬ ਨੂੰ ਘਰ ਵਿੱਚ ਬਿਠਾਉਣਾ ਸੀ, ਮਨ ਵਿੱਚ ਬਿਠਾਉਣਾ ਸੀ। ਪਰ ਮਨ ਵਿਕ ਗਿਆ ਮਾਇਆ ਕੋਲ, ਉਹਨੇ ਇਹਨੂੰ ਭਗਵਾਨ ਦਾ ਘਰ ਨਹੀਂ ਸ਼ੈਤਾਨ ਦਾ ਘਰ ਬਣਾ ਦਿੱਤਾ ਹੈ। ਲਓ ਇੱਥੋਂ ਹੁਣ ਅੱਜ ਦੀ ਲੜੀ ਸ਼ੁਰੂ ਹੁੰਦੀ ਹੈ, ਸ਼ੈਤਾਨ ਦਾ ਘਰ ਬਣਾ ਦਿੱਤਾ ਹੈ। ਅਤੇ ਸ਼ੈਤਾਨ ਦੇ ਘਰ ਮਨ ਬਣਨ ਨਾਲ ਇਹ ਸਾਰੇ ਸੰਸਾਰ ਦਾ ਲਫ਼ਜ਼ ਵੀ ਇਹ ਸਨ, ਮਾਇਆ ਐਸੀ ਮੋਹਣੀ ਭਾਈ ਜਿੱਤੇ ਜੀ ਦਿੱਤੇ ਤੇ ਡਕਾਈ, ਸਾਧੋ ਇਹ ਜੱਗ ਭਰਮ ਭੋਲਾਨਾ। ਹਰ ਇੱਕ ਹੀ ਭੁੱਲ ਗਿਆ, ਹਰ ਇੱਕ ਦਾ ਮਨ ਵਿਕ ਗਿਆ, ਉਹਦਾ ਨਤੀਜਾ ਹੈ ਸੰਸਾਰ ਸ਼ੈਤਾਨ ਦਾ ਘਰ ਬਣ ਗਿਆ। ਅੱਜ ਦੇ ਹਾਲਾਤ ਕੀ ਨੇ? ਇਹ ਸ਼ੈਤਾਨ ਦੇ ਘਰ ਦੀ ਨਿਸ਼ਾਨੀ ਹੈ। ਹਰ ਵਿਸਰਤ ਹੋਵਤ ਇਹ ਹਾਲ। ਲਓ ਇੱਥੇ ਖਲੋਣਾ ਚਾਹੁੰਦਾ, ਹਾਲ ਬਦਲ ਗਏ ਨੇ। ਰਾਤ ਇਸ ਨੂੰ ਆਪਾਂ ਵਸੀ ਢੰਗ ਨਾਲ ਦੇਖਿਆ,
ਕਿ ਮਨੁੱਖ ਕੋਲੋਂ ਡਰ ਰਿਹਾ ਹੈ ਓਨਾ ਸੱਪ ਕੋਲੋਂ ਨਹੀਂ ਡਰ ਰਿਹਾ ਜਿੰਨਾ ਮਨੁੱਖ ਕੋਲੋਂ ਡਰ ਰਿਹਾ ਹੈ। ਜਿੰਨੀਆਂ ਪਾਬੰਦੀਆਂ ਜਿੰਨੀਆਂ ਦੂਰੀਆਂ ਵੱਧ ਰਹੀਆਂ ਨੇ ਉਹ ਮਨੁੱਖ ਦੀਆਂ, ਮਨੁੱਖ ਨੂੰ ਮਾਰਨ ਲਈ ਇਹ ਮਿਜ਼ਾਈਲਾਂ ਅਤੇ ਬੰਬ ਬਣ ਗਏ ਨੇ। ਕਿਉਂ? ਕਿਉਂਕਿ ਮਨੁੱਖ ਨੂੰ ਮਨੁੱਖ ਕੋਲੋਂ ਖਤਰਾ ਹੈ। ਰਾਤ ਦਾ ਮਸਲਾ ਸੀ, ਪਰ ਸਵਾਲ ਇਹ ਸੀ ਕਿ ਕਿਉਂਕਿ ਮਾਇਆ ਨੇ ਮਨ ਨੂੰ ਭਗਵਾਨ ਦਾ ਘਰ ਨਹੀਂ ਛੱਡਿਆ, ਸ਼ੈਤਾਨ ਦਾ ਘਰ ਬਣਾ ਦਿੱਤਾ ਹੈ, ਅਤੇ ਹੁਣ ਹਰ ਬਿਸਰਤ ਹੋਵਤ ਇਹ ਹਾਲ। ਮਸਲਾ ਹੁਣ ਮਸਲਾ ਸੀ ਅਗਲਾ ਕਿ ਮਾਇਆ ਨੇ ਮਨ 'ਤੇ ਕਬਜ਼ਾ ਕਿਵੇਂ ਕੀਤਾ, ਕਿਉਂਕਿ ਜਿਹਦੇ ਕੋਲ ਕੋਈ ਚੀਜ਼ ਵਿਕ ਜਾਏ ਉਹ ਕਬਜ਼ਾ ਉਹਦਾ ਹੁੰਦਾ। ਹੁਣ ਮਨ ਬਜਾਏ ਗੁਰੂ ਦੇ ਮਾਇਆ ਕੋਲ ਵਿਕ ਗਿਆ, ਉਹਨੇ ਆਪਣੇ ਸੁਭਾਅ ਮੁਤਾਬਕ ਰੱਬ ਨਾਲੋਂ ਉਹਨੂੰ ਦੂਰ ਕਰਨਾ ਸੀ। ਇਹਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਦੂਰ ਕਰਨਾ ਸੀ ਉਸ ਅਸਥਾਨ 'ਤੇ ਜਿੱਥੇ ਰੱਬ ਨੇ ਭਗਵਾਨ ਨੇ ਬੈਠਣਾ ਸੀ, ਉੱਥੇ ਸ਼ੈਤਾਨ ਨੂੰ ਬਿਠਾ ਦਿੱਤਾ। ਪਰ ਆਖਰ ਇਹ ਕਬਜ਼ਾ ਕੀਤਾ ਕਿਵੇਂ, ਕਿਉਂਕਿ ਮਨ ਛੇਤੀ ਨਾਲ ਕਬਜ਼ੇ ਵਿੱਚ ਆਉਣ ਵਾਲਾ ਨਹੀਂ। ਸਵਾਲ ਇਹ ਸੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਆਖ ਦਿੱਤਾ, ਮਾਈ ਮਨ ਮੇਰੋ ਬਸ ਨਾ ਹੈ, ਨਿਸਵਾਸਰ ਵਿਖਣ ਕੋ ਦਾਵਤ ਕਿਆ ਬਦਰੋ ਕੋ ਤਾਏ। ਮਨ ਵਸ ਵਿੱਚ ਨਹੀਂ ਹੁੰਦਾ, ਬਲਕਿ ਸਤਿਗੁਰੂ ਨੇ ਤਾਂ ਆਖਿਆ ਵਾਸੇ ਆਣੇ ਹੋਵੇ ਜਾਣਗ ਇਸ ਮਨ ਕੋ, ਮਨ ਵਾਸੇ ਜੋ ਉਹਨੂੰ ਦਿਖਾਉਂਦੇ ਆ, ਇਹਨੂੰ ਵਸ ਵਿੱਚ ਕਰਨਾ ਸੌਖਾ ਨਹੀਂ। ਆਖਿਰ ਮਾਇਆ ਨੇ ਇਸ ਮਨ ਨੂੰ ਵਸ ਵਿੱਚ ਕਿਵੇਂ ਕਰ ਲਿਆ? ਲਓ ਅੱਜ ਦੀ ਇਹ ਰੌਚਕ ਕਹਾਣੀ ਸਮਝਦੇ, ਇਹ ਬੜੀ ਰੌਚਕ ਕਹਾਣੀ ਹੈ, ਗੁਰਬਾਣੀ ਵਿੱਚ ਹੈ। ਕਹਿੰਦੇ ਨੇ ਮਾਇਆ ਕੋਲ ਵਿਕ ਗਿਆ ਮਨ, ਵੇਚ ਦਿੱਤਾ, ਹੁਣ ਮਾਇਆ ਨੇ ਕਬਜ਼ਾ ਕਰਨਾ ਹੈ, ਉੱਥੇ ਆਪਣਾ ਹੁਕਮ ਚਲਾਉਣਾ ਹੈ। ਅਤੇ ਉਹਨੇ ਮਨ ਰੂਪੀ ਜਿਹੜਾ ਅਮੋਰ ਹੈ, ਸ਼ਕਤੀਸ਼ਾਲੀ ਹੈ, ਉਹਨੂੰ ਹੱਥ ਵਿੱਚ ਮਨ ਵਿੱਚ ਨੂੰ ਵਸ ਵਿੱਚ ਕਰਨਾ ਸੌਖਾ ਨਹੀਂ, ਉਹਨੂੰ ਵਸ ਵਿੱਚ ਕਿਵੇਂ ਕੀਤਾ? ਲਓ ਇਹਦਾ ਜਵਾਬ ਹੈ ਇੱਕ ਲਾਈਨ ਵਿੱਚ। ਸਤਿਗੁਰੂ ਆਖਦੇ ਨੇ ਪੰਚ ਪੂਤ ਪੰਚਭੂਤ ਜਾਣੇ ਇੱਕ ਮਾਂ, ਉਸ ਮਾਇਆ ਰੂਪੀ ਇੱਕ ਮਾਂ ਨੇ ਆਪਣੀ ਸ਼ਕਤੀ ਨਾਲ ਕਬਜ਼ਾ ਕਰਨ ਵਾਸਤੇ ਪੰਜ ਪੁੱਤਰਾਂ ਨੂੰ, ਬੜੇ ਜ਼ਾਲਮ ਪੁੱਤਰਾਂ ਨੂੰ, ਬੜੇ ਸ਼ਕਤੀਸ਼ਾਲੀ ਪੁੱਤਰਾਂ ਨੂੰ ਜਨਮ ਦਿੱਤਾ। ਬੜੀ ਰੌਚਕ ਕਹਾਣੀ ਸਤਿਗੁਰੂ ਬਾਣੀ ਵਿੱਚ ਆਖੇ ਕਹਿੰਦੇ ਨੇ ਪੰਚਭੂਤ ਜਾਣੇ ਇੱਕ ਮਾਂ,
ਹੱਥ ਭੁਜਬ ਖੇਲ ਕਰ ਜਗਤ ਵਿਆਏ ਸਾਧੋ ਇਹ ਜਗ ਭਰਮ ਬੁਲਾਨਾ ਉਤ ਭੁਜਬ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੇ ਸੰਗ ਤੀਨ ਗੁਣਾ ਕੇ ਸੰਗ ਰਸ ਰਚੈ ਓ ਤਿੰਨਾਂ ਗੁਣਾਂ ਦੇ ਲੋਕ ਜਿਹੜੇ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਸਨ ਉਹਨਾਂ ਦੇ ਵਿੱਚ ਪ੍ਰਵੇਸ਼ ਕਰ ਗਏ ਪੰਜੇ ਪੁੱਤਰ ਮਹਾਂਬਲੀ ਸਨ ਬਲਕਿ ਇਹਨਾਂ ਪੁੱਤਰਾਂ ਦਾ ਇੱਕ ਕਾਫਲਾ ਬਣਾਇਆ ਦੋ ਦੋ ਪੁੱਤਰ ਇੱਕ ਪਾਸੇ ਅਤੇ ਇੱਕੋ ਸ਼ਕਤੀਵਾਨ ਉਹਨਾਂ ਦਾ ਸਿਪਾਹ ਸਲਾਰ ਤੀਜਾ ਪੰਜਵਾਂ ਤੁਸੀਂ ਬਾਣੀ ਵਿੱਚ ਵੇਖੋਗੇ ਕਾਮ ਕ੍ਰੋਧ ਦਾ ਨਾਂ ਇਕੱਠਾ ਆਉਂਦਾ ਹੈ ਮੈਂ ਹੈਰਾਨ ਹੁੰਦਾ ਬਾਣੀ ਨੂੰ ਜਦੋਂ ਸਮਝੀ ਕਾਮ ਕ੍ਰੋਧ ਅਹੰਕਾਰ ਗਾਖਰੋ ਕਾਮ ਕ੍ਰੋਧ ਕਾਇਆ ਕੋ ਗਾਲੇ ਲੋਭ ਮੋਹ ਪਰਸ ਨਾ ਸਕੋ ਲੋਭ ਮੋਹ ਇਕੱਠਾ ਪਰ ਹੰਕਾਰ ਇਕੱਲਾ ਹੀ ਸ਼ੇਰ ਹੈ ਕਿਉਂ ਕਿਉਂਕਿ ਹੋਮੇ ਦੀਰਘ ਰੋਗ ਹੈ ਹੇ ਸ਼ਕਤੀਸ਼ਾਲੀ ਹੈ ਹੇ ਇਕੱਲਾ ਸ਼ਕਤੀਸ਼ਾਲੀ ਅਤੇ ਇਸ ਮਾਂ ਮਾਇਆ ਨੇ ਪੰਜ ਪੁੱਤਰਾਂ ਨੂੰ ਜਨਮ ਦਿੱਤਾ ਇਹ ਸੰਸਾਰ ਲਈ ਇੱਕ ਚੈਲੰਜ ਬਣ ਗਏ ਨੇ ਸੰਸਾਰ ਦੇ ਉਹਨਾਂ ਲੋਕਾਂ ਲਈ ਵੀ ਚੈਲੰਜ ਬਣ ਗਏ ਨੇ ਜਿਹੜੇ ਸਮਝਦੇ ਸਨ ਅਸੀਂ ਆਪਣੀਆਂ ਗੱਲਾਂ ਨਾਲ ਆਪਣੇ ਵਿਚਾਰਾਂ ਨਾਲ ਆਪਣੇ ਧਰਮ ਕੀਰਤਨ ਨਾਲ ਕਰਮ ਧਰਮ ਨਾਲ ਇਹਨਾਂ ਨੂੰ ਵਸ ਵਿੱਚ ਕਰ ਸਕਦੇ ਹਾਂ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਚਾਰ ਵਰਨ ਚੌਹਾਂ ਕੇ ਮਰਦਨ ਮਰਦਨ ਦਾ ਮਤਲਬ ਹੁੰਦਾ ਜਵਾਨ ਸ਼ਕਤੀਸ਼ਾਲੀ ਮਰਦ ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗੜ ਸਰੂਪ ਸਿਆਣੇ ਪੰਚੋ ਹੀ ਮੋਛਲੀ ਰੇ ਕਿਉਂਕਿ ਮਾਇਆ ਦਾ ਸੁਭਾਅ ਵੀ ਛਲਨਾ ਸੀ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਉਹ ਵੀ ਛਲਾਵੀ ਸੀ ਉਹਨੇ ਆਪਣਾ ਉਹ ਗੁਣ ਇਹਨਾਂ ਪੰਜਾਂ ਨੂੰ ਦਿੱਤਾ ਅਤੇ ਉਸ ਗੁਣ ਨਾਲ ਸੁੰਦਰ ਸੁਗੜ ਸਰੂਪ ਸਿਆਣੇ ਪੰਚੋਂ ਹੀ ਮੋਹ ਛਲੀ ਰਹੇ ਪੰਜਾਂ ਨੇ ਜੀਵ ਨੂੰ ਛਲ ਲਿਆ ਅਤੇ ਫਿਰ ਉਹ ਯੋਧੇ ਵੀ ਸਨ ਗੁਰਬਾਣੀ ਮੰਨਦੀ ਹੈ ਗੁਰੂ ਕਹਿੰਦੇ ਨੇ ਜਿਨ ਮਿਲ ਮਾਰੇ ਪੰਚ ਪੂਤ ਜਨੇ ਇੱਕ
ਮਾਏ ਜਿਨ ਮਿਲ ਮਾਰੇ ਪੰਚ ਸੂਰਬੀਰ ਉਹਨਾਂ ਨੂੰ ਸੂਰਬੀਰ ਗੁਰਬਾਣੀ ਆਖ ਰਹੀ ਬਲਕਿ ਗੁਰਬਾਣੀ ਅੰਦਰ ਇਸ ਗੱਲ ਨੂੰ ਹੋਰ ਖਿਲਾਰ ਕੇ ਸਪਸ਼ਟ ਕੀਤਾ ਹੈ ਕਹਿਣ ਲੱਗੇ ਸੂਰਬੀਰ ਵਰਿਆਮ ਕਿਨੇ ਨਾ ਹੋੜੀਏ ਐਡੇ ਸੂਰਬੀਰ ਸਨ ਕੋਈ ਇਹਨਾਂ ਦਾ ਰਾਹ ਨਹੀਂ ਸੀ ਰੋਕ ਸਕਦਾ ਹੋੜ ਦੇਣਾ ਰੋਕ ਦੇਣਾ ਸੂਰਬੀਰ ਵਰਿਆਮ ਕਿਨੇ ਨਾ ਹੋੜੀਏ ਅਤੇ ਇਹਨਾਂ ਪੰਜਾਂ ਨੇ ਅੱਗੇ ਬੜੀ ਵੱਡੀ ਫੌਜ ਤਿਆਰ ਕਰ ਲਈ ਪੰਚ ਸਤਾਣੀ ਫੌਜ ਪੰਚ ਸਤਾਣੀ ਹਾਠ ਫੌਜਾਂ ਜੋੜੀਏ ਦਸ ਨਾਰੀ ਅਵਧੂਤ ਦੇਣ ਚਮੋੜੀਏ ਜਿਣ ਜਿਣ ਲੈਣ ਰਲਾਏ ਉਹ ਇਹਨਾਂ ਲੋੜੀਏ ਮੈਂ ਹੈਰਾਨ ਹਾਂ ਗੁਰਬਾਣੀ ਵਿੱਚੋਂ ਕੈਸੀਆਂ ਕੈਸੀਆਂ ਕਹਾਣੀਆਂ ਨੇ ਗੁਰੂ ਕਹਿੰਦੇ ਨੇ ਇਹਨਾਂ ਨੇ ਬੜੀ ਵੱਡੀ ਅਗਾਂਹ ਆਪਣੀ ਫੌਜ ਬਣਾ ਲਈ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਉਹ ਵੀ ਇਹਨਾਂ ਦੇ ਨਾਲ ਰਲ ਗਏ ਨਿੰਦਾ ਚੁਗਲੀ ਬਖੀਲੀ ਈਰਖਾ ਉਹ ਵੀ ਇਹਨਾਂ ਦੇ ਨਾਲ ਰਲ ਗਈਆਂ ਬੜੀ ਮੁਕਮ ਫੌਜ ਹਠਾਲੀ ਰੇ ਹੁਣ ਐਡੀ ਵੱਡੀ ਫੌਜ ਲੈ ਕੇ ਅਤੇ ਸ਼ਕਤੀ ਲੈ ਕੇ ਪੰਜਾਂ ਨੇ ਮਨ 'ਤੇ ਕਬਜ਼ਾ ਕੀਤਾ ਹੋਇਆ ਲਓ ਇੱਥੇ ਰੁਕਣਾ ਚਾਹੁੰਦਾ ਉਹਦਾ ਨਤੀਜਾ ਇਹ ਹੈ ਰੱਬ ਵਿਸਰ ਗਿਆ ਸ਼ੈਤਾਨ ਬੈਠ ਗਿਆ ਭਗਵਾਨ ਉੱਠ ਗਿਆ ਸੰਸਾਰ ਵਿੱਚ ਭਗਵਾਨ ਲੱਭਿਆ ਨਹੀਂ ਲੱਭਦਾ ਲੱਭਿਆ ਨਹੀਂ ਲੱਭਦਾ ਅੱਜ ਧਰਮ ਅਸਥਾਨਾਂ 'ਤੇ ਵੀ ਰੱਬ ਨਹੀਂ ਲੱਭਦਾ ਕਿਉਂਕਿ ਸ਼ੈਤਾਨ ਆ ਬੈਠਾ ਹੈ ਅਤੇ ਬੈਠਾ ਸ਼ਕਤੀਸ਼ਾਲੀ ਹੋ ਕੇ ਜਿਹੜੇ ਧਰਮੀ ਪੁਰਸ਼ ਖਵਾਉਂਦੇ ਨੇ ਚੋਲਿਆਂ ਵਿੱਚ ਬੈਠੇ ਨੇ ਉਹ ਵੀ ਕੰਮ ਕ੍ਰੋਧ ਲੋਭ ਮੋਹ ਹੰਕਾਰ ਦੇ ਵੱਸ ਵਿੱਚ ਨੇ ਗੁਰਬਾਣੀ ਰੋਚਕ ਕਹਾਣੀ ਕਹਿੰਦੇ ਨੇ ਨਤੀਜਾ ਇਹ ਨਿਕਲਿਆ ਹੈ ਸਤਿਗੁਰੂ ਨੂੰ ਇੱਕ ਗੱਲ ਆਖਣੀ ਪਈ ਕਹਿਣ ਲੱਗੇ ਇਨ ਪੰਚਨ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪੰਚ ਪੂਤ ਜਣੇ ਇੱਕ ਮਾਏ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਹਰ ਪਲ ਮੈਂ ਰੱਬ ਤੋਂ ਦੂਰ ਜਾ ਰਿਹਾ ਕਿਉਂਕਿ ਹੈ ਹੀ ਇਹਨਾਂ ਦਾ ਕੰਮ ਵਿਸਾਰਨ ਦਾ ਹਰ ਵਿਸਰਤ ਹੋਵਤ ਇਹ ਹਾਲ ਅੱਜ ਸੰਸਾਰ ਦੀ ਕਹਾਣੀ ਕੀ ਹੈ ਹਰ ਇੱਕ ਸੋਗ ਕਾ ਦੇਹ ਕਰ ਬਾਧਿਓ ਆ ਜਿਹੜੀ ਦੇਹ ਹੈ ਨਾ ਇਹ ਵੀ ਹਰ ਇੱਕ ਸੋਗ ਖੁਸ਼ੀਆਂ ਗਮੀਆਂ ਵਿੱਚ ਹੀ ਬੱਝੀ ਹੋਈ ਹੈ ਅੱਗੇ ਵੀ ਸੰਸਾਰ ਅੰਦਰ ਰੋਗ ਸਨ ਇਹ ਨਹੀਂ ਰੋਗ ਨਹੀਂ ਸਨ ਗਿਣਤੀ ਥੋੜ੍ਹੀ ਸੀ
ਅੱਗੇ ਲੋਕ ਖੁਰਾਕਾਂ ਖਾਂਦੇ ਸਨ, ਅੱਗੇ ਵੀ ਬੁਢੇਪਾ ਆਉਂਦਾ ਸੀ, ਹੁਣ ਤਾਂ ਸਾਧਨ ਹੀ ਬੜੇ ਨੇ, ਹੋਸਪਿਟਲ ਜਿੰਨੇ ਹੁਣ ਨੇ ਪਹਿਲੇ ਨਹੀਂ ਸਨ ਹੁੰਦੇ, ਡਾਕਟਰ ਜਿੰਨੇ ਹੁਣ ਨੇ ਪਹਿਲੇ ਨਹੀਂ ਸਨ ਹੁੰਦੇ, ਮੈਡੀਸਨ ਇੰਜੈਕਸ਼ਨ ਜਿੰਨੇ ਹੁਣ ਨੇ ਪਹਿਲੇ ਨਹੀਂ ਸਨ ਹੁੰਦੇ। ਪਰ ਇੱਕ ਖਿਆਲ ਕਰਿਓ, ਇੰਨਾ ਕੁਝ ਹੋਣ ਦੇ ਬਾਵਜੂਦ ਕੀ ਹੁਣ ਖੌਫ ਮੌਤ ਦਾ, ਰੋਗ ਦਾ ਖਤਮ ਹੋ ਗਿਆ? ਲਾਈਨਾਂ ਲੱਗੀਆਂ ਹੋਈਆਂ ਨੇ, ਜਾ ਕੇ ਦੇਖ ਲਓ, ਕਿਸੇ ਹੋਸਪਿਟਲ ਵਿੱਚ ਐਮਰਜੈਂਸੀ ਵਿੱਚ ਥਾਂ ਨਹੀਂ ਮਿਲਦੀ। ਕਿਉਂ? ਕਿਉਂਕਿ ਮਨੁੱਖ ਨੇ ਆਪਣੇ ਸਰੀਰ ਨੂੰ ਤਾਂ ਰਿਸ਼ਟ ਪੁਸ਼ਟ ਕੀਤਾ, ਉੱਪਰੋਂ ਦਿਖਾਵੇ ਦੇ ਸਾਧਨ ਬਣ ਗਏ ਨੇ। ਮਨੁੱਖ ਆਪਣੇ ਸਰੀਰ ਨੂੰ, ਦੇਹ ਨੂੰ ਸਜਾ ਰਿਹਾ ਹੈ, ਪਰ ਅੰਦਰ ਸੱਖਣਾ ਹੋ ਗਿਆ, ਅੰਦਰ ਭੁੱਖਾ ਹੋ ਗਿਆ, ਅੰਦਰ ਕਮਜ਼ੋਰ ਹੋ ਗਿਆ। ਤੁਸੀਂ ਦੇਖੋਗੇ ਇਸ ਸਮੇਂ ਅੰਦਰ, ਮੇਰੀ ਨਿਗਾਹ ਵਿੱਚ ਮੈਂ ਹਰ ਪਾਸੇ ਦੇਖਦਾ ਰਹਿੰਦਾ, ਅਚਾਨਕ ਮੌਤਾਂ ਜ਼ਿਆਦਾ ਹੋ ਰਹੀਆਂ ਨੇ, ਜਵਾਨ ਜ਼ਿੰਦਗੀਆਂ ਜ਼ਿਆਦਾ ਜਾ ਰਹੀਆਂ ਨੇ। ਕਿਉਂ? ਕਿਉਂਕਿ ਉਹਨਾਂ ਦੇ ਸਿਰ ਜ਼ਿੰਮੇਵਾਰੀਆਂ, ਫਿਕਰ, ਚਿੰਤਾਵਾਂ ਜ਼ਿਆਦਾ ਨੇ, ਜਿਹੜੀਆਂ ਅੰਦਰ ਹੁੰਦੀਆਂ ਨੇ। ਬਾਹਰੋਂ ਮਨੁੱਖ ਸੱਜ ਸੱਜ ਨਿਕਲਦਾ, ਅੰਦਰ ਚਿੰਤਾ ਫਿਕਰ ਲੈ ਕੇ ਨਿਕਲਦਾ। ਦਾ ਕਾਰਨ ਹੈ, ਬਾਹਰੋਂ ਜਵਾਨ ਦਿਸਦਾ, ਅੰਦਰ ਚਿੰਤਾ ਅਤੇ ਫਿਕਰ ਹੁੰਦਾ ਹੈ। ਇਹ ਰੋਜ਼ਾਨਾ ਜੀਵਨ ਵਿੱਚ ਅਸੀਂ ਆਪਣੀ ਕਹਾਣੀ ਆਪ ਦੇਖ ਸਕਦੇ ਹਾਂ। ਗੁਰੂ ਨੇ ਕਿਉਂ ਆਖ ਦਿੱਤਿਆ, ਹਰ ਇੱਕ ਸੋਗ ਕਰ ਦੇ ਕਰ ਬੰਦ, ਹਰ ਇੱਕ ਸੋਗ ਕਰ ਦੇ ਕਰ ਬੰਦ ਰੋਗ, ਪਰ ਦੀਰਘ ਰੋਗ ਮਾਇਆ ਅਸਾ ਦਿਓ। ਅੰਦਰ ਤਾਂ ਦੀਰਘ ਰੋਗ ਲੱਗਾ ਹੋਇਆ, ਅੰਦਰ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਈਰਖਾ ਦੁਆਖਤਾ ਦਾ, ਫਲਾਣਾ ਮੇਰਾ ਗੁਆਂਢੀ ਮੇਰੇ ਨਾਲੋਂ ਅਮੀਰ ਕਿਉਂ ਹੋ ਜਾਏ, ਮੈਂ ਕਿ ਹੁਣ ਜ਼ਿਆਦਾ ਕਮਾਵਾਂ, ਭਾਵੇਂ ਚੰਗੇ ਹੱਥ ਨਾਲ ਭਾਵੇਂ ਮੰਦੇ ਹੱਥ ਨਾਲ, ਮੈਂ ਉਹਦੇ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦਾ। ਇੱਕ ਅੰਦਰ ਰੋਗ ਹੈ, ਅੰਦਰ ਫਿਕਰ ਹੈ, ਅੰਦਰ ਚਿੰਤਾ ਹੈ। ਉਸ ਦੌੜ ਨੇ ਮਨੁੱਖ ਨੂੰ ਕਮਜ਼ੋਰ, ਅੰਦਰੋਂ ਕਮਜ਼ੋਰ ਕਰ ਦਿੱਤਾ ਹੈ। ਸਤਿਗੁਰੂ ਨੇ ਬਾਣੀ ਵਿੱਚ ਇੱਕ ਗੱਲ ਆਖੀ, ਕਹਿਣ ਲੱਗੇ ਮੈਂ ਕੀ ਦੇਖਦਾ ਹਾਂ, ਮਨੁੱਖ ਅੰਦਰੋਂ ਕਮਜ਼ੋਰ ਹੋ ਗਿਆ। ਕਿਸ ਤਰ੍ਹਾਂ? ਦਿਨੇ ਬੇਕਾਰ ਕਰਤ ਸ਼ਰਮ ਪਾਇਓ, ਅਗਲੀ ਲਾਈਨ ਹੈ, ਦਿਨੇ ਬੇਕਾਰ ਬੁਰੇ ਭਲੇ ਕਰਮ ਕਰਦਿਆਂ ਹੋਇਆਂ ਥੱਕ ਜਾਂਦਾ, ਸ਼ਰਮ ਪਾਇਓ, ਦਿਨੇ ਬੇਕਾਰ ਕਰਤ ਸ਼ਰਮ ਪਾਇਓ। ਅਤੇ ਜਦੋਂ ਰਾਤ ਨੂੰ ਨੀਂਦ, ਵਿਚਾਰਾ ਥੱਕਿਆ ਟੁੱਟਿਆ ਸੌਂਦਾ, ਉਹ ਦਿਨ ਵਾਲੇ ਬੇਕਾਰ ਹੀ ਰਾਤ ਸੁਪਨੇ ਵਿੱਚ ਹੋਈ ਜਾਂਦੇ ਨੇ। ਨਹੀਂ ਨਹੀਂ ਨੀਂਦ ਸੁਪਨ ਬਰੜਾਇਓ, ਨਾ ਦਿਨੇ ਚੈਣੇ ਹੈ ਨਾ ਰਾਤ ਨੂੰ ਨੀਂਦ। ਇਹ ਸਾਰਾ ਕੁਝ ਕਿਉਂ ਹੋ ਰਿਹਾ? ਅੱਗੇ ਕਿਉਂ ਨਹੀਂ ਸੀ? ਕਿਉਂਕਿ ਅੱਗੇ ਰੱਬ ਨਹੀਂ ਸੀ ਵਿਸਰਿਆ। ਮਨੁੱਖ ਜਿਸ ਹਾਲ ਵਿੱਚ ਹੁੰਦਾ ਸੀ, ਕਹਿੰਦਾ ਸੀ ਮੇਰੇ ਮਾਲਕ ਦੀ ਰਜ਼ਾ, ਉਹਦੀ ਰਜ਼ਾ, ਜਿਵ ਤੁਮ ਰੱਖੋ
ਤਵੀਰੇ ਨਾ ਮੈਂ ਇੱਕ ਵਾਰ ਅਸ ਕੀਤੀ ਸੀ, ਸਿੱਖ ਦਾ ਜੀਵਨ ਤਾਂ ਇੱਕ ਦਰਿਆ ਦੇ ਵਹਿਣ ਵਾਂਗੂ ਹੈ, ਜਿੰਦਾ ਦਰਿਆ ਦਾ ਦੋ ਕਿਨਾਰੇ ਹੁੰਦੇ ਨੇ, ਇੱਕ ਕਿਨਾਰਾ ਵੀ ਟੁੱਟ ਜਾਏ ਨਾ ਦਰਿਆ ਹੜ ਬਣ ਜਾਂਦਾ, ਆਪਣੀ ਹੋਂਦ ਵੀ ਹੜ ਦਾ ਪਾਣੀ ਖਤਮ ਕਰ ਲੈਂਦਾ, ਨੇੜੇ ਨੇੜੇ ਦੇ ਘਰ ਵੀ ਬਰਬਾਦ ਕਰ, ਪਿੰਡ ਵੀ ਬਰਬਾਦ ਕਰ ਲੈਂਦਾ, ਪਰ ਉਦੋਂ ਕਰਦਾ ਜਦੋਂ ਇੱਕ ਕਿਨਾਰਾ ਟੁੱਟ ਜਾਂਦਾ। ਅਤੇ ਸਿੱਖ ਦੇ ਜੀਵਨ ਦੀ ਧਾਰਾ, ਸਿੱਖ ਦੇ ਜੀਵਨ ਦਾ ਦਰਿਆ ਦੋ ਕਿਨਾਰਿਆਂ ਵਿੱਚ ਵਗਦਾ ਹੈ। ਅਤੇ ਮੈਂ ਅਰਜ਼ ਕੀਤੀ ਸੀ ਉਹ ਦੋ ਕਿਨਾਰੇ ਨੇ ਰਹਿਮਤ ਅਤੇ ਰਜ਼ਾ, ਜੇ ਕੁਛ ਮਿਲ ਗਿਆ ਤਾਂ ਤੇਰੀ ਰਹਿਮਤ, ਜੇ ਕੁਝ ਚਲਾ ਗਿਆ ਤਾਂ ਤੇਰੀ ਰਜ਼ਾ। ਇਹ ਕਿਨਾਰਾ ਵੀ ਨਹੀਂ ਟੁੱਟਣਾ ਚਾਹੀਦਾ, ਜੇ ਮਿਲੇ ਉਦੋਂ ਆਖੇ ਨਹੀਂ ਮੇਰੀ ਕਮਾਈ ਹੈ ਤੇਰੀ ਰਹਿਮਤ ਕੀ ਹੈ, ਤਾਂ ਕਿਨਾਰਾ ਟੁੱਟ ਗਿਆ। ਜੇ ਕੁਝ ਚਲਾ ਜਾਏ ਉਦੋਂ ਆਖੇ ਰੋਵੇ ਅਤੇ ਆਖੇ ਜਬ ਕੁਛ ਪਾਵੇ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ, ਤਾਂ ਉਹ ਕਿਨਾਰਾ ਟੁੱਟ ਗਿਆ। ਪਰ ਜਿਨ੍ਹਾਂ ਸਮਿਆਂ ਨੂੰ ਅਸੀਂ ਆਪਣੇ ਜੀਵਨ ਦਾ ਗਨੀਮਿਤ ਸਮਾਂ ਸਮਝਣੇ, ਅੱਜ ਵੀ ਤੁਸੀਂ ਦੇਖ ਲਓ ਕੋਈ ਬਜ਼ੁਰਗ ਉੱਠੇਗਾ ਨਾ, ਉਹ ਅੱਜ ਦੇ ਸਮੇਂ ਸਾਡੇ ਵੇਲੇ ਚੰਗੇ ਸਨ ਜੀ, ਉਦੋਂ ਹਵਾਈ ਜਹਾਜ਼ ਨਹੀਂ ਸਨ, ਲੱਤਾਂ ਵਿੱਚ ਤਾਕਤ ਸੀ। ਅੱਜ ਤੈਨੂੰ ਡਾਕਟਰ ਕਹਿੰਦਾ ਭਾਵੇਂ ਜਿਮ ਵਿੱਚ ਜਾ ਕੇ ਅੱਧਾ ਘੰਟਾ ਲੱਤਾਂ ਨੂੰ ਚਲਾ, ਭਾਵੇਂ ਘਰ ਵਿੱਚ ਬੈਠ ਕੇ ਟ੍ਰੇਡਮਿਲ 'ਤੇ ਚੱਲ, ਪਰ ਤੈਨੂੰ ਚੱਲਣਾ ਪਏਗਾ। ਪੜ੍ਹਿਆ ਤੂੰ ਅੱਗੇ ਕਿਹੜਾ ਵਧਿਆ, ਪਿੱਛੇ ਨੂੰ ਯਾਦ ਕਰ ਰਿਹਾ। ਸ਼ਕਤੀ ਤਾਂ ਉਸ ਜਿੱਥੇ ਰਹਿਮਤ ਅਤੇ ਰਜ਼ਾ ਹੈ, ਜਿੱਥੇ ਰਹਿਮਤ ਅਤੇ ਰਜ਼ਾ ਦਾ ਕਿਨਾਰਾ ਟੁੱਟ ਜਾਂਦਾ ਹੈ ਉੱਥੇ ਮਨ ਕਮਜ਼ੋਰ ਪੈ ਜਾਂਦਾ। ਗੁਰੂ ਨੇ ਇਹੋ ਗੱਲ ਆਖੀ, ਦਿਨੇ ਬੇਕਾਰ ਕਰਤ ਸ਼ਰਮ ਪਾਇਓ, ਨੈਣੀ ਨੀਂਦ ਸੁਪਨ ਪੜਨਾ। ਪਰ ਅਗਲੇ ਪਾਸੇ ਕਹਿਣ ਲੱਗੇ, ਤੈਨੂੰ ਪਤਾ ਹਰ ਬਿਸਰਤ ਹੋਵੋ ਤੇ ਇਹ ਹਾਲ, ਤੂੰ ਰਹਿਮਤ ਅਤੇ ਰਜ਼ਾ ਦੇ ਕਿਨਾਰੇ ਤੋਂ ਬਾਹਰ ਆ ਗਿਆ, ਨਾ ਉਹਦੀ ਰਹਿਮਤ ਨੂੰ ਮੰਨਣਾ ਨਾ ਉਹਦੀ ਰਜ਼ਾ ਨੂੰ ਮੰਨਣਾ, ਉਹ ਤੈਨੂੰ ਵਿਸਰ ਗਿਆ ਅਤੇ ਉਹਨੂੰ ਵਿਸਾਰਨ ਦਾ ਕੰਮ ਕੀਤਾ ਇਨ ਮਾਇਆ ਜਗਦੀਸ਼ ਗੁਸਾਈ, ਤੂੰ ਮੇਰੇ ਚਰਨ ਵਿਸਾਰੇ। ਇਸ ਲਈ ਇੱਕ ਖਿਆਲ ਕਰੀ, ਜਿੱਥੇ ਉਹਨੇ ਪੰਜਾਂ ਪੁੱਤਰਾਂ ਨੂੰ ਜਨਮ ਦੇ ਕੇ ਸਾਰੇ ਸੰਸਾਰ ਵਿੱਚ ਖਿਲਾਰ ਦਿੱਤਾ ਹੈ, ਉਹਦਾ ਨਤੀਜਾ ਨਿਕਲਿਆ ਉਹਨੇ ਸਿਪਾ ਸਲਾਰ ਹੰਕਾਰ ਨੂੰ ਬਣਾ ਦਿੱਤਾ ਹੈ। ਅਤੇ ਹੰਕਾਰ ਦਾ ਕੀ ਕੰਮ ਹੈ, ਕੋਈ ਚੀਜ਼ ਹੈ ਉਹ ਮੇਰੀ ਹੈ, ਮੇਰੀ ਹੈ, ਇਹ ਹੰਕਾਰ ਵਿੱਚੋਂ ਪੈਦਾ ਹੁੰਦੀ ਹੈ, ਹੰਕਾਰ ਵਿੱਚੋਂ ਕਬਜ਼ਾ ਪੈਦਾ ਹੁੰਦਾ ਹੈ, ਹਰ ਚੀਜ਼ ਮੈਂ ਬਣਾਈ। ਉਹਦਾ ਨਤੀਜਾ ਹੈ ਜੋ ਚੀਜ਼ ਵੀ ਮਨੁੱਖ ਨੇ ਬਣਾਈ ਉਹ ਕਿਸੇ ਦੂਜੇ ਮਨੁੱਖ ਦੇ ਕੰਮ ਨਹੀਂ ਆਵੇਗੀ, ਉਹਦੇ ਕੋਲੋਂ ਕਿਰਾਇਆ ਲਵੇਗਾ, ਉਹਦੇ ਕੋਲ ਬਿੱਲ ਲਵੇਗਾ। ਜੋ ਮੇਰੇ ਰੱਬ ਨੇ ਬਣਾਈ ਹੈ ਉਹ ਚੀਜ਼ ਹਰ ਇੱਕ ਵਾਸਤੇ ਸਾਂਝੀ। ਮੈਂ ਪਿਛਲੇ ਦਿਨਾਂ ਵਿੱਚ ਗੱਲ ਕੀਤੀ ਸੀ, ਬਾਗ ਵਿੱਚ ਅਤੇ ਜੰਗਲ ਵਿੱਚ ਕੀ ਫਰਕ ਹੈ, ਬਾਗ ਤੂੰ ਬਣਾਇਆ ਹੈ, ਹਾਲਾਂਕਿ ਚੰਗਾ ਕੀਤਾ, ਤੂੰ ਆਖਿਆ ਮੇਰੀ ਸਾਇੰਸ ਵੱਡੀ ਹੈ ਮੈਂ ਕੁਛ ਬਣਾਇਆ, ਪਰ ਇੱਕ ਖਿਆਲ ਕਰਿਓ ਬਾਗ ਤੂੰ ਬਣਾਇਆ, ਬਾਗ ਵਿੱਚ ਤਾਂ ਉਹ ਪੰਛੀ ਵੀ ਰਾਤ ਨਹੀਂ ਕੱਟ ਸਕਦੇ ਜਿਨ੍ਹਾਂ ਦਾ ਸਹਾਰਾ ਹੀ ਉਹਨਾਂ ਦਰਖਤਾਂ ਦੀਆਂ ਟਹਿਣੀਆਂ ਨੇ, ਤੂੰ ਮਹੱਲਾਂ ਵਿੱਚ ਬੈਠਾ ਹੈ, ਪਰ ਉਹ ਪੰਛੀ ਕਿਸੇ ਦਰਖਤ ਦੀ ਟਹਿਣੀ 'ਤੇ ਕੇਵਲ ਅਤੇ ਕੇਵਲ ਰਾਤ ਕੱਟਣ ਆਏ ਨੇ।
ਤੂੰ ਉੱਥੇ ਵੀ ਨਹੀਂ ਬਰਦਾਸ਼ਤ ਕਰਦਾ, ਰਾਤ ਨੂੰ ਪੀਪੇ ਖੜਕਾਉਣਾ ਹੈ ਕਈ ਤਰ੍ਹਾਂ ਦੀ, ਤਾਂ ਕਿ ਪੰਛੀ ਰਾਤ ਇੱਥੇ ਨਾ ਰਹਿਣ। ਜੰਗਲ ਵਿੱਚ ਵੀ ਕੋਈ ਪੰਛੀਆਂ ਨੂੰ ਰੋਕਦਾ? ਜਿੱਥੇ ਮਰਜ਼ੀ ਰਹਿਣ, ਕਿਉਂਕਿ ਉਹ ਰੱਬ ਨੇ ਬਣਾਏ। ਸਾਂਝਾ ਸਾਹਿਬ ਬਾਪ ਹਮਾਰਾ, ਤੇਰੀ ਕੋਈ ਚੀਜ਼ ਵੀ ਸੰਸਾਰ ਅੰਦਰ ਸਾਂਝੀ ਨਹੀਂ, ਤੂੰ ਤਾਂ ਹਰ ਚੀਜ਼ 'ਤੇ ਕਬਜ਼ਾ ਕੀਤਾ ਹੈ, ਈਵਨ ਇੱਥੋਂ ਤੱਕ ਧਰਮ 'ਤੇ, ਧਰਮ ਅਸਥਾਨਾਂ 'ਤੇ ਵੀ ਕਬਜ਼ਾ ਕੀਤਾ। ਇਹ ਮਸੀਤੇ ਗੁਰੂ ਨਾਨਕ ਵੀ ਨਹੀਂ ਜਾ ਸਕਦਾ ਜਿੰਨੀ ਦੇਰ ਨੀਲ ਬਸਤਰ ਵਾਲੇ ਕੱਪੜੇ ਪਹਿਰੇ ਨਾ ਹੋਵੇ। ਭਾਈ ਗੁਰਦਾਸ ਜੀ ਨੇ ਐਵੇਂ ਨਹੀਂ ਆਖਿਆ, ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਣਵਾਈ। ਐਸਾ ਹੱਥ ਕਿਤਾਬ ਕਾਸ਼ ਪੂਜਾ ਵਾਂਗ ਮਸਲਾਦਾਰੀ। ਉਹਨੇ ਮਸੀਤ ਵਿੱਚ ਜਾਣਾ ਸੀ ਅਤੇ ਇਉਂ ਹੀ ਗਿਆ। ਮੰਦਰ ਵਿੱਚ ਕੋਈ ਗੈਰ ਹਿੰਦੂ ਨਹੀਂ ਜਾ ਸਕਦਾ। ਸਾਡੀ ਹਿੰਦੁਸਤਾਨ ਦੀ ਹਿਸਟਰੀ ਹੈ ਕਿ ਕਦੀ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਕਿਸੇ ਮੰਦਰ ਵਿੱਚ ਗਈ ਅਤੇ ਉੱਥੇ ਰੋਕ ਦਿੱਤਾ ਗਿਆ, ਕਿਉਂਕਿ ਤੂੰ ਪਾਰਸੀ ਨਾਲ ਵਿਆਹ ਕਰਾਇਆ, ਭਾਵੇਂ ਤੂੰ ਬ੍ਰਾਹਮਣ ਦੀ ਲੜਕੀ ਹੈ ਪਰ ਤੂੰ ਅੰਦਰ ਨਹੀਂ ਜਾ ਸਕਦੀ। ਹੈਂ, ਕਿਹੜੀ ਅਜੀਬ ਗੱਲ ਹੈ, ਧਰਮ ਤੇਰੇ ਕੋਲ ਆਇਆ ਅਤੇ ਉਸ ਧਰਮ ਸਥਾਨ ਦੇ ਦਰਵਾਜ਼ੇ ਬੰਦ ਹੋ ਗਏ, ਪਰ ਗੁਰੂ ਨਾਨਕ ਨੇ ਇੱਕ ਆਵਾਜ਼ ਦਿੱਤੀ, ਕਹਿੰਦੇ ਨੇ ਨਹੀਂ, ਮੇਰੇ ਰੱਬ ਦੀ ਮਰਿਆਦਾ ਸੁਣ ਲੈ, ਜੇ ਦਰ ਆਵਤ ਹਾ ਜਾਤੇ ਹੋ, ਗੁਰਬਾਣੀ ਹੈ, ਜੇ ਦਰ ਆਵਤ ਜਾਤ ਹੋ ਹਟ ਕੇ ਨਾਹੀਂ ਕੋਏ। ਉੱਥੇ ਇਹਨੂੰ ਰੋਕੇ ਕੋਈ ਨਾ, ਰੱਬ ਦਾ ਘਰ ਉਹ ਹੈ ਜਿੱਥੇ ਦਰਵਾਜ਼ੇ ਖੁੱਲ੍ਹੇ ਨੇ, ਕਿਸੇ ਲਈ ਕੋਈ ਰੁਕਾਵਟ ਨਹੀਂ। ਜਿੱਥੇ ਇੱਕ ਨੂੰ ਰੋਕਿਆ ਜਾਂਦਾ ਉਹ ਸਮਝੋ ਰੱਬ ਦਾ ਘਰ ਨਹੀਂ, ਮਨੁੱਖ ਦਾ ਘਰ ਹੈ। ਅਤੇ ਮਨੁੱਖ ਜਿਹੜਾ ਹਉਮੈ ਰੋਗ, ਮਨੁੱਖ ਕੋ ਦੀਨਾ, ਹਉਮੈ ਦਾ ਰੋਗ ਉਹ ਹੈ ਜਿਹਨੇ ਕਬਜ਼ੇ ਕੀਤੇ ਹੋਏ ਨੇ। ਜੇ ਤੂੰ ਧਰਮ 'ਤੇ ਕਬਜ਼ਾ ਕਰਨਾ ਤਾਂ ਉੱਥੇ ਕੋਈ ਦੂਜਾ ਨਹੀਂ ਆ ਸਕਦਾ। ਅਤੇ ਰੱਬ ਦੇ ਘਰ ਦੀ ਨਿਸ਼ਾਨੀ ਗੁਰੂ ਨੇ ਬਾਣੀ ਵਿੱਚ ਆਖੀ, ਜੈ ਦਰ ਆਵਤ ਹਾ ਜਾਤੇ ਉਹ ਹਟਕੇ ਨਾਹੀਂ ਕੋਏ, ਸੋ ਦਰ ਕੈਸੇ ਛੁੱਟ ਜੇ ਜੋ ਦਰ ਐਸਾ ਹੋਏ। ਇਸ ਲਈ ਭਰਿਆ ਇੱਕ ਗੱਲ ਸਮਝ ਲਈ, ਉਸ ਮਾਂ ਨੇ ਮਨ 'ਤੇ ਕਬਜ਼ਾ ਕਿਵੇਂ ਕੀਤਾ। ਉਹਨੇ ਪੰਜ ਪੁੱਤਰ ਜਨਮੇ ਨੇ, ਉਹਦੇ ਵਿੱਚੋਂ ਪੈਦਾ ਹੋਏ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੰਕਾਰ ਉਹਦਾ ਸ਼ਕਤੀਸ਼ਾਲੀ ਪੁੱਤਰ ਹੈ, ਦੀਰਘ ਰੋਗ ਹੈ ਜਿਹੜਾ ਤੇਰੇ ਹਿੱਸੇ ਆਇਆ ਹੈ। ਹਉਮੈ ਰੋਗ ਮਨੁੱਖ ਕੋ ਦੀਨਾ, ਤੇਰੇ ਹਿੱਸੇ ਆਇਆ। ਨਤੀਜਾ ਇਹ ਹੈ ਅਤੇ ਇਸ ਮਨੁੱਖ ਨੇ ਸਾਰੇ ਸੰਸਾਰ ਨੂੰ ਸ਼ੈਤਾਨ ਦਾ ਘਰ ਬਣਾ ਦਿੱਤਾ ਹੈ। ਅੱਜ ਰੱਬ ਤੋਂ ਵਿਸਰ ਕੇ ਸਾਡੀ ਸੰਸਾਰ ਦੀ ਜੋ ਹਾਲਤ ਦੇਖ ਰਿਹਾ, ਇਹ ਕਿਉਂ ਬਣੀ ਹੈ, ਇਹ ਸਮਝਣ ਲਈ ਸਾਨੂੰ ਇਸ ਸ਼ਬਦ ਦੀ ਇੱਕ ਲਾਈਨ ਨੇ ਜਵਾਬ ਦਿੱਤਾ ਹੈ। ਕਹਿੰਦੇ ਨੇ, ਹਰੀ ਨੂੰ ਰੱਬ ਨੂੰ ਵਿਸਾਰਿਆ ਮਾਇਆ ਨੇ, ਭੁਲੇਖੇ ਨੇ, ਭਰਮ ਨੇ। ਮਾਇਆ ਉਹ ਜਿਹੜੀ ਰੱਬ ਨੂੰ ਵਿਸਾਰ ਦੇਵੇ, ਉਹਨੇ ਮਨ 'ਤੇ ਕਬਜ਼ਾ ਕੀਤਾ, ਅੰਦਰ ਸ਼ੈਤਾਨ ਆ ਬੈਠਾ ਮਨ ਮਨ ਵਿੱਚ ਭਗਵਾਨ ਦੀ ਥਾਂ 'ਤੇ, ਉਹਨੇ ਸੰਸਾਰ ਦੀ ਇਹ ਹਾਲਤ ਕਰ ਦਿੱਤੀ ਹੈ। ਗੁਰੂ ਆਖਦੇ ਨੇ, ਹਰ ਬਿਸਰਤ ਹੋਵਤ ਇਹ ਹਾਲ, ਹਰ ਬਿਸਰਤ ਹੋਵਤ ਇਹ ਹਾਲ,
ਇਸ ਲਈ ਭਲਿਆ ਜੇ ਸੰਸਾਰ ਨੂੰ ਸਵਰਗ ਨੂੰ ਬਣਾਉਣਾ ਚਾਹੁੰਦਾ ਹੈ, ਜੇ ਇਸ ਹਾਲਾਤ ਤੋਂ ਨਿਕਲਣਾ ਚਾਹੁੰਦਾ, ਜੇ ਜੀਵਨ ਨੂੰ ਖੁਸ਼ਹਾਲ ਕਰਨਾ ਚਾਹੁੰਦਾ, ਤਾਂ ਉਸ ਰਹਿਮਤ ਅਤੇ ਰਜ਼ਾ ਦੇ ਦਰਿਆ ਦੇ ਦੋ ਕਿਨਾਰਿਆਂ ਵਾਂਗੂ ਉਹਦੇ ਹੁਕਮ ਵਿੱਚ ਆ ਜਾ, ਉਹਦੀ ਸ਼ਰਨ ਵਿੱਚ ਆ ਜਾ, ਨਹੀਂ ਤਾਂ ਹਾਲਤ ਵੇਖ ਲੈ। ਇਹੋ ਗੱਲ ਗੁਰਬਾਣੀ ਦੀ ਇਸ ਲਾਈਨ ਵਿੱਚ ਕਹਿੰਦੇ ਨੇ, ਸਰਨ ਨਾਨਕੇ ਪ੍ਰਭ ਪੁਰਖ ਦਇਆ, ਸਰਨ ਨਾਨਕੇ ਪ੍ਰਭ ਪੁਰਖ ਦਇਆ, ਹਰ ਬਿਸਰਤ ਹੋਵਤ ਇਹ ਹਾਲ, ਹਰ ਬਿਸਰਤ ਹੋਵਤ ਇਹ ਹਾਲ, ਹਰ ਬਿਸਰਤ ਹੋਵਤ ਇਹ ਹਾਲ। ਤੋ ਇਹ ਸੰਸਾਰ ਤੇ ਅੱਜ ਮਨੁੱਖਤਾ ਵਿੱਚ ਹੰਕਾਰ ਨੇ ਉਹ ਜਜ਼ਬਾ, ਉਹ ਸ਼ਕਤੀ, ਉਹ ਰਾਹ ਪੈਦਾ ਕਰ ਦਿੱਤਾ ਹੈ ਕਿ ਹਰ ਚੀਜ਼ ਮੇਰੀ ਹੈ, ਦੂਜਾ ਉਹਦੇ ਵਿੱਚ ਪੈਣ, ਜੇ ਮੇਰੀ ਮਰਜ਼ੀ ਨਾਲ ਨਹੀਂ ਚੱਲਦਾ ਉਹਨੂੰ ਛੇਕ ਦਿਓ, ਉਹਨੂੰ ਕੱਢ ਦਿਓ, ਉਹ ਅੰਦਰ ਨਹੀਂ ਵੜ ਸਕਦਾ, ਉਹ ਉਹਦੇ ਲਈ ਹਰ ਦਰਵਾਜ਼ਾ ਬੰਦ ਹੈ ਕਿਉਂਕਿ ਮੇਰੀ ਹੈ। ਉਹ ਮੇਰੀ ਲਫ਼ਜ਼ ਜਿਹੜਾ ਹੰਕਾਰ ਨਾਲ ਜੁੜਿਆ ਹੈ, ਅਤੇ ਹੰਕਾਰ ਮਾਇਆ ਦਾ ਪੁੱਤਰ ਹੈ, ਉਹ ਮਾਇਆ ਨਾਲ ਜੁੜਿਆ ਹੈ। ਸਤਿਗੁਰੂ ਨੇ ਕਿਉਂ ਆਖ ਦਿੱਤਾ, ਕਹਿਣ ਲੱਗੇ ਇਹ ਜਿਹੜੇ ਪੰਜੇ ਨੇ ਇਹਨੇ ਮਨ ਮਾਇਆ ਮੈਂ ਰਮ ਰਹੇ ਹੋ, ਉਹਨਾਂ ਨੇ ਮਨ ਨੂੰ ਮਾਇਆ ਦੇ ਅਧੀਨ ਕਰ ਦਿੱਤਾ ਹੋਇਆ, ਸ਼ਕਤੀਸ਼ਾਲੀ ਨੇ। ਹੁਣ ਆਪਾਂ ਦੇਖੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦਾ ਅਗਲਾ ਸ਼ਬਦ ਵੀ ਬੜਾ ਵਿਚਾਰਨ ਵਾਲਾ ਹੈ ਇਸੇ ਰਸਤੇ 'ਚ। ਅਗਲੀ ਵਾਰ ਦੇ ਨਾਲ ਜੁੜਵਾ ਹੀ ਆਪਾਂ ਨੂੰ ਫਿਰ ਸਿਧਾਂਤ ਫਿਰਨਾ ਭਲਿਆ। ਜੇ ਮਨ ਇੰਨਾ ਵਸ ਵਿੱਚ ਹੋ ਗਿਆ ਹੈ ਮਾਇਆ ਦੇ, ਤਾਂ ਫਿਰ ਹੁਣ ਤੱਕ ਇਸ ਸੰਸਾਰ ਦੇ ਇਹਨਾਂ ਹਾਲਾਤਾਂ ਤੋਂ ਦੁਖੀ ਹੋ ਕੇ ਮਨੁੱਖ ਨੇ ਕੁਝ ਕੋਸ਼ਿਸ਼ ਨਹੀਂ ਕੀਤੀ ਵੀ ਇਸ ਹਾਲਾਤਾਂ ਤੋਂ ਨਿਕਲਾਂ। ਦੁਨੀਆ ਕਿਤੇ ਦੁਖੀ ਹੋਵੇ, ਦੂਜੇ ਦਿਨ ਉਪਰਾਲਾ ਕਰਦੀ ਹੈ ਕਿਸੇ ਤਰ੍ਹਾਂ ਇਹਨਾਂ ਹਾਲਾਤਾਂ ਤੋਂ ਮੈਂ ਬਚਾਂ, ਨਹੀਂ ਕੀਤੀ। ਲਓ ਆਪਾਂ ਅਗਲੀ ਵਾਰ ਵਿਚਾਰਾਂਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਬਦ ਵਿੱਚੋਂ, ਇਸੇ ਸਿਧਾਂਤ ਵਿੱਚੋਂ, ਵੀ ਜਿਨ੍ਹਾਂ ਨੇ ਕੀਤੀ ਉਹ ਵੀ ਕਿਵੇਂ ਅਸਫਲ ਹੋਏ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾ, ਕੋਸ਼ਿਸ਼ ਕਰਨਾ ਵੀ ਆਪਾਂ ਬਾਣੀ ਨੂੰ ਸਮਝੀਏ, ਅੰਤਰੀ ਵੀ ਭਾਵਾਂ ਤੱਕ ਜਾਈਏ, ਇਹਦਾ ਰਸ ਬਾਣੀਏ। ਸਤਿਗੁਰੂ ਨੇ ਬਾਣੀ ਦੀ ਗਹਿਰਾਈ ਵਿੱਚ ਜੀਵਨ ਦੀਆਂ ਕਿਹੜੀਆਂ ਕਿਹੜੀਆਂ ਰਮਜ਼ਾਂ ਰਾਜ਼ ਵਿੱਚ ਰੱਖ ਦਿੱਤੀਆਂ ਨੇ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।